ਕਿੱਦਾਂ ਦੋਸਤੋ, ਕੀ ਹਾਲ ਹੈ ਸਾਰਿਆਂ ਦਾ? ਵੈਲਕਮ ਟੂ ਦ ਵਨ ਐਂਡ ਓਨਲੀ ਪੰਜਾਬੀ ਗੇਮਿੰਗ ਚੈਨਲ। ਆਪਾਂ ਖੇਡਦੇ ਪਏ ਹਾਂ ਬਲੈਕ ਮਿਥ ਬੂਕੋਂਗ। ਇਸ ਵੇਲੇ ਆਪਾਂ ਚੈਪਟਰ 2 ਤੇ ਆ ਚੁੱਕੇ ਹਾਂ। ਚੈਪਟਰ 2 ਆਪਾਂ ਸਟਾਰਟਿੰਗ ਸ਼ੁਰੂ ਕਰ ਦਿੱਤੀ ਸੀਗੀ ਅਤੇ ਲਾਸਟ ਵੀਡੀਓ ਵਿੱਚ ਆਪਣਾ ਜਿਹੜਾ ਐਂਡ ਹੋਇਆ ਸੀਗਾ, ਉੱਥੇ ਆਪਣਾ ਟਾਕਰਾ ਹੋਇਆ ਸੀਗਾ। ਉਹ ਜਿਹੜਾ ਹੈਗਾ ਆ ਰੈਟ ਕਿੰਗ, ਮੇਰੇ ਖਿਆਲ ਨਾਲ ਫਾਈਨਲ ਉੱਥੇ ਬੋਸ ਸੀਗਾ ਜਿਹਦੇ ਨਾਲ ਆਪਣਾ ਮੁਕਾਬਲਾ ਹੋਇਆ ਸੀਗਾ। ਅਤੇ ਅੱਜ ਆਪਾਂ ਉੱਥੇ ਹੀ ਫਿਰ ਕੰਟੀਨਿਊ ਕਰਨਾ ਆ। ਅੱਜ ਮੇਰੀ ਕੋਸ਼ਿਸ਼ ਰਹੇਗੀ ਤੁਹਾਡੇ ਵਾਸਤੇ ਕਿ ਮੈਂ ਜਿਹੜਾ ਆਹ ਏਰੀਆ ਹੈ ਨਾ, ਸਾਰਾ ਇਸ ਤਰੀਕੇ ਨਾਲ ਮੈਂ ਐਕਸਪਲੇਨ ਆਪਣਾ ਐਕਸਪਲੋਰ ਕਰ ਸਕਾਂ। ਪਰ ਮੈਨੂੰ ਨਾ ਕੱਲ੍ਹ ਇੱਦਾਂ ਫੀਲ ਹੋਇਆ ਕਿ ਆਪਾਂ ਲਾਸਟ ਵੀਡੀਓ ਵਿੱਚ ਨਾ ਕਿ ਬਹੁਤ ਕੁਛ ਉੱਥੇ ਆਪਾਂ ਭੁੱਲ ਚੁੱਕੇ ਹਾਂ। ਉੱਥੇ ਨਾ ਕੁਛ ਇੱਕ ਆਪਣੀਆਂ ਚੈਸਟ ਵਗੈਰਾ ਪਈਆਂ ਸੀਗੀਆਂ ਜਿਨ੍ਹਾਂ ਨੂੰ ਆਪਾਂ ਚੈੱਕ ਨਹੀਂ ਕੀਤਾ ਹੈਗਾ। ਇੱਕ ਜਿਹੜੀ ਆਹ ਚੀਜ਼ ਹੈ ਇੱਥੇ, ਇੱਕ ਮਿੰਟ ਆਪਾਂ ਨਾ ਪਿੱਛੇ ਜਾ ਕੇ ਇੱਕ ਮਿੰਟ ਦੇਖੀਏ ਪਹਿਲਾਂ। ਸਾਨੂੰ ਇੱਥੇ ਮੈਨੂੰ ਲੱਗਦਾ ਕਿ ਇੱਥੇ 3-4 ਚੈਸਟਾਂ ਜਿਹੜੀ ਆਪਾਂ ਨਾ ਭੁੱਲ ਚੁੱਕੇ ਹਾਂ। ਇੱਕ ਤਾਂ ਸਾਹਮਣੇ ਪਈ ਆ ਉਹ। ਦੇਖਿਆ ਆਹ, ਦੇਖੋ ਇੱਕ ਆਹ ਚੈਸਟ ਆ ਪਈ ਆ। ਦੇਖੀਏ ਆਪਣੇ ਕੋਲ ਇੱਥੇ ਨਾ ਅਪਡੇਟ ਦੇ ਕਿਹੜੇ ਕਿਹੜੇ ਆਪਸ਼ਨ ਆਏ ਨੇ। ਹਾਲੇ ਆਪਣੇ ਕੋਲ ਇੰਨੀ ਆਪਣੇ ਕੋਲ ਵਿਲ ਹੈ ਨਹੀਂ ਜਿੰਨੀ ਆਪਾਂ ਨੂੰ ਲੋੜ ਹੈਗੀ ਹੈ ਨਾ। ਔਖਾ ਹੈ ਕੰਮ ਦਾ। ਓਕੇ, ਇੱਕ ਆਹ ਚੈਸਟ ਹੋ ਗਈ, ਇੱਕ ਨਾ ਚੈਸਟ ਉੱਧਰ ਵੀ ਪਈ ਆ। ਦੇਖੀਏ ਕੋਈ ਆਪਣੇ ਕੋਲ ਪੁਆਇੰਟ ਤਾਂ ਨਹੀਂ ਹੈਗਾ ਇਸ ਵੇਲੇ। ਨਹੀਂ, ਦੇਖਿਆ ਨਾ ਇਹ ਛੇੜੀ ਦੇ ਨਹੀਂ, ਮੈਨੂੰ ਗੋਲੀਆਂ ਮਾਰਨ ਲੱਗ ਪੈਂਦੇ ਨੇ, ਇਸ ਕਰਕੇ ਉੱਥੇ ਨਾ ਆਪਾਂ ਨੂੰ ਔਖਾ ਹੋ ਜਾਂਦਾ ਹੈ। ਨਹੀਂ, ਇਹਨਾਂ ਦੇ ਨਾਲ ਆਪਾਂ ਪੰਗੇ ਲੈਣੇ ਨਹੀਂ ਹੈਗੇ, ਆਪਾਂ ਇੱਧਰ ਨੂੰ ਜਾਣਾ ਹੈ। ਤੈਨੂੰ ਭਰਾ, ਮੈਂ ਤੈਨੂੰ ਮੈਂ ਮਾਰਨਾ ਨਹੀਂ ਚਾਹੁੰਦਾ ਹੈਗਾ, ਕਿਉਂਕਿ ਉਹ ਆਪਾਂ ਕਿੱਥੇ ਆ ਗਏ ਫਸ ਯਾਰ, ਇਹ ਕੀ ਹੋਇਆ? ਹਾਂ, ਇੱਥੇ ਕੁਛ ਹੈਗਾ ਆ। ਇੱਥੇ ਕੁਛ ਨਾ ਕੁਛ ਇੱਥੇ ਜ਼ਰੂਰ ਹੋਏਗਾ। ਇੱਕ ਤਾਂ ਨਾ ਜਿਹੜੇ ਆ ਤੰਗ ਕਰੀ ਜਾਂਦੇ ਜਿਹੜੇ ਚੂਹੇ ਜਿਹੜੇ ਵੀ ਹੈਗੇ ਨੇ ਨਾ, ਉਹ ਭਰਾਵੋ ਤੁਸੀਂ ਤਾਂ ਮੈਨੂੰ ਬਹੁਤ ਸਾਰੇ ਆ ਗਏ। ਦੇਖਿਆ ਨਾ, ਮੈਂ ਇਹਨਾਂ ਦੇ ਨਾਲ ਪੰਗੇ ਨਹੀਂ ਲੈਣੇ ਹੈਗੇ, ਲੱਗਦਾ ਆਪਾਂ ਨੂੰ ਇਹਨਾਂ ਨਾਲ ਪੰਗੇ ਲੈਣੇ ਪੈਣੇ। ਇਹਨਾਂ ਨੂੰ ਨਾ ਆਪਾਂ ਪਾਰ ਇਹਨਾਂ ਨੂੰ ਆਪਾਂ ਬਣਾਉਣਾ ਹੀ ਪੈਣਾ ਆਪਾਂ ਨੂੰ। ਚਲੋ ਕੋਈ ਗੱਲ ਨਹੀਂ, ਛੱਡੋ ਪਰਾਂ। ਪਹਿਲਾਂ ਇੱਥੇ ਆਪਾਂ ਨਾ ਰੀਸੈਟ ਕਰੀਏ, ਰੀਸੈਟ ਕਰਕੇ ਜਾ ਕੇ ਨਾ ਪਹਿਲਾਂ ਆਪਾਂ ਉਹ ਜਿਹੜਾ ਚੂਹਾ ਹੈ ਨਾ ਵੱਡਾ ਸਾਰਾ, ਉਹ ਨਾ ਆਪਾਂ ਪੰਗਾ ਲਈਏ। ਚਲੋ
ਚੂਹੇ ਕਿੱਥੇ ਆ? ਪਹਿਲਾਂ ਮੈਂ ਆਪਾਂ ਇਹਨੂੰ ਮਾਰੀ ਸਾਲੇ ਨੂੰ, ਸੋਰੀ ਨੋ ਲੈਂਗੁਏਜ ਗੱਲ ਤਾਂ ਯੂਜ਼ ਕਰਨੀ ਆਪਾਂ, ਅਤੇ ਮੈਨੂੰ ਬਹੁਤ ਤੰਗ ਕਰਦਾ ਪਿਆ ਆ। ਗਿਆ ਇਹ, ਹੋ ਗਿਆ ਸ਼ਹੀਦ ਇਹ। ਹੁਣ ਆ ਵੱਡੇ ਸਾਡੇ ਚੂਹੇ ਮਹਾਰਾਜ ਆ ਆਇਓ ਆ, ਮੈਂ ਗਿਆ। ਇਹਨੂੰ ਹਰਾਉਣਾ ਬੜਾ ਸੌਖਾ ਸੀਗਾ, ਕੋਈ ਇੰਨਾ ਔਖਾ ਨਹੀਂ ਸੀਗਾ ਇਹਨੂੰ ਹਰਾਉਣਾ। ਚਲੋ ਇੱਥੇ ਆਪਣੇ ਕੋਲ ਇੱਕ ਪੁਆਇੰਟ ਆ ਗਿਆ ਹੈ, ਹੁਣ ਇੱਥੇ ਥੋੜ੍ਹਾ ਨਾ ਆਪਾਂ ਇਹ ਏਰੀਆ ਐਕਸਪਲੋਰ ਕਰੀਏ, ਇੱਥੇ ਜ਼ਰੂਰ ਕੁਛ ਨਾ ਕੁਛ ਆਪਾਂ ਨੂੰ ਮਿਲਣਾ ਹੈ। ਆ ਕੀ ਆ ਮਾਮਾ, ਤੂੰ ਮੈਨੂੰ ਬਹੁਤ ਤੰਗ ਕਰਦਾ ਪਿਆ ਆ। ਇੱਥੇ ਕੋਈ ਆਪਣਾ ਬੋਸ ਤਾਂ ਨਹੀਂ ਨਵਾਂ ਆਜੂਗਾ, ਦੇਖਦੇ ਹਾਂ। ਇਹ ਕੌਣ ਆ ਗਿਆ ਭਾ ਤੂੰ? ਔਰ ਇਹ ਵੀ
गया है भी। वाह कुछ नवी चीज अपने को इतने आई है इतने। ओके थोड़ी पहले आप अपनी सेहत थोड़ी इधर नू बाहर नू आप किधर नू जाना है? नहीं ले आप बाहर नहीं जाना है पहला इतने आप देखिए इतने की पे आया आले दुआले। एरिया थोड़ा नमा है ज्यादा ही इतने आ रहे हैं ना पर इतने ना काम करिए ओके ये भी ठीक है। हूँ इधर नूं आपां किधर नूं जाना है अंदर इत्थे कुछ हैगा हाँ आ देखो गोल्ड मिलिया इत्थे आपां नोनेरी पिल ये कोई नवीं चीज़ आई है ओके इत्थे अपने कोल हुण मेरे ख्याल नाल है नहीं इत्थे कुछ भी ना आ एरिया पूरा आपां एक्सप्लोर कर लिता है हूँ शायद आप इतों बहर जाना है क्राउचिंग टाइगर टेंपल ना 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 एरे बारे में सुनिया है ये जो टाइगर है ना ये बहुत ही डिफिकल्ट है तो ये को आप हले नहीं जाना पहले आप पिछे न चली होंगे पिछे अपने ना उत्थे बहुत सारे जो अपना इलाका है ना ਉਹ ਹੈਗਾ ਆ ਐਕਸਪਲੋਰ ਕਰਨ ਵਾਲਾ ਟਾਈਗਰ ਦੇ ਕੋਲ ਹਲੇ ਆਪਾਂ ਨਹੀਂ ਆਉਣਾ ਕਿਉਂਕਿ ਟਾਈਗਰ ਹਲੇ ਬਹੁਤ ਡਿਫੀਕਲਟ ਹੈ ਮੈਂ ਮੇਰੇ ਕੁਛ ਇੱਕ ਦੋਸਤ ਜਿਹੜੀ ਗੇਮਾਂ ਖੇਡਦੇ ਨੇ ਨਾ ਮੈਨੂੰ ਦੱਸਦੇ ਨੇ ਕਿ ਯਾਰ ਉਹਨਾਂ ਨੂੰ ਟਾਈਗਰ ਦੇ ਵਿੱਚ ਨਾ ਬਹੁਤ ਪ੍ਰੋਬਲਮ ਆ ਰਹੀ ਆ ਔਰ ਮੈਨੂੰ ਕਹਿੰਦੇ ਨੇ ਵਾਰ ਵਾਰ ਕਿ ਟਾਈਗਰ ਦੇ ਕੋਲ ਜਾਣ ਤੋਂ ਪਹਿਲਾਂ ਨਾ ਕੀ ਕਹਿੰਦੇ ਆ ਮੇਕ ਸ਼ੋਰ ਕਰਨਾ ਆ ਕਿ ਤੁਹਾਡੇ ਕੋਲ ਸਾਰੇ ਆਪਸ਼ਨ ਇੱਥੇ ਹੈਗੇ ਨੇ ਤੁਹਾਡੇ ਕੋਲ ਇੱਥੇ ਆਪਾਂ ਅੰਦਰ ਵੜ ਸਕਦੇ ਹਾਂ हाँ इतों पर बढ़ सकते हैं क्योंकि जो टाइगर है ना कहते टाइगर थोड़ा डिफिकल्ट है थानू तो टाइगर को जान तो पहला तुम मेक श्योर करो कि थोड़े को काफ़ी ज़्यादा ना रिसोर्सिस है ने ਪਹਿਲਾਂ ਇੱਥੋਂ ਆਪਾਂ ਬਾਹਰ ਨਿਕਲੀਏ ਪਹਿਲਾਂ ਆਪਾਂ ਇਹਨੂੰ ਮਾਰੀਏ ਸਾਲਿਆਂ ਨੂੰ ਕਹਿੰਦਾ ਇਹ ਬੰਦਾ ਮੈਨੂੰ ਬਹੁਤ ਤੰਗ ਕਰਦਾ ਪਿਆ ਥੱਲੇ ਆਪਾਂ ਜਾ ਨਹੀਂ ਸਕਦੇ ਹੈਗੇ ਨਹੀਂ ਇੱਥੇ ਤਾਂ ਆਪਣੀ ਫਾਈਟ ਹੋਈ ਸੀਗੀ ਨਾ ਇੱਥੋਂ ਆਪਾਂ ਬਾਹਰ ਕਿੱਥੋਂ ਨਿਕਲੇ ਸੀਗੇ ਆਪਾਂ ਉਹ ਥਾਂ ਦੇਖਣੀ ਜਿੱਥੇ ਨਾ ਆਪਾਂ ਬਾਹਰ ਨਿਕਲ ਕੇ ਆਏ ਸੀਗੇ ਕਿੱਧਰੋਂ ਆਏ ਸੀਗੇ ਆਪਾਂ ਨਹੀਂ
ਨਹੀਂ ਤਾਂ ਮੁੜ ਕੇ ਟਾਈਗਰ ਵਾਲਾ ਆ। ਓਕੇ ਚਲੋ ਦੋਸਤੋ ਫਿਰ ਚੱਲਦੇ ਹਾਂ ਉੱਥੇ ਜਾ ਕੇ ਨਾ, ਉੱਥੇ ਜਾ ਕੇ ਆਪਾਂ ਪਿੱਛੇ ਮੁੜ ਕੇ ਆ ਕੇ ਜਿਹੜਾ ਪੂਰਾ ਆਪਣਾ ਏਰੀਆ ਨਾ ਉਹ ਐਕਸਪਲੋਰ ਕਰ ਲਾਂਗੇ, ਕਿਉਂਕਿ ਹਲੇ ਆਪਣੇ ਕੋਲ ਕੋਈ ਹੋਰ ਆਪਸ਼ਨ ਹੈ ਨਹੀਂ, ਆਪਾਂ ਨੂੰ ਅੱਗੇ ਨੂੰ ਜਾਣਾ ਹੀ ਪੈਣਾ ਹੈ ਟਾਈਗਰ ਵਾਲੇ ਪਾਸੇ ਨੂੰ। ਟਾਈਗਰ ਦੇ ਕੋਲ ਆਪਾਂ ਹਲੇ ਨਹੀਂ ਜਾਵਾਂਗੇ ਕਿਉਂਕਿ ਹਲੇ ਆਪਾਂ ਉਸ ਲੈਵਲ 'ਤੇ ਨਹੀਂ ਪਹੁੰਚੇ ਹੈਗੇ, ਅਤੇ ਪਿੱਛੇ ਵੀ ਆਪਣਾ ਏਰੀਆ ਨਾ ਬਹੁਤ ਐਕਸਪਲੋਰ ਕਰਨਾ ਪਿਆ ਵਾਲਾ ਪਿਆ ਆ। ਮੈਨੂੰ ਪਤਾ ਨਹੀਂ ਸੀਗਾ ਕਿ ਟਾਈਗਰ ਨੂੰ ਤੁਸੀਂ ਇੱਧਰ ਨੂੰ ਆਓਗੇ, ਸੋ ਇੱਥੇ ਆਪਾਂ ਦੇਖੀਏ ਇੱਥੇ ਆਪਾਂ ਹੁਣ ਕਿਹੜੀ ਲੈਣੀ ਆ। ਮਿਸਟੇਕ ਨਹੀਂ, ਹਲੇ ਆਪਾਂ ਨੂੰ ਮੇਰੀ ਲੋੜ ਨਹੀਂ ਹੈਗੀ, ਨਹੀਂ ਇਹ ਤਾਂ ਜਿੰਨੇ ਵੀ ਹੈਗੇ ਵਾਧੂ ਚੱਲਣ ਦੇ। ਨਾ ਇੱਥੇ ਵੇਖੀਏ, ਇੱਥੇ ਨਾ ਆਪਾਂ ਕੰਮ ਕਰਦੇ ਹਾਂ, ਆ ਜੀ ਆ ਠੀਕ ਹੈ। ਹੁਣ ਆਪਾਂ ਟਰੈਵਲ ਕਰਦੇ ਹਾਂ ਪਿੱਛੇ ਨੂੰ ਜਾ ਕੇ, ਨਹੀਂ ਚਲੋ ਆਪਾਂ ਨਿਕਲ ਕੇ ਆ ਚੁੱਕੇ ਹਾਂ। ਹਾਂ ਫੋਰੈਸਟ ਆਫ ਬੋਬਸ ਨਹੀਂ, ਦੇਖੀ ਇੱਥੇ ਆਪਾਂ ਕਿੱਥੇ ਜਾਂਦੇ ਹਾਂ। ਟਾਈਗਰ ਨੂੰ ਹਰਾਉਣ ਤੋਂ ਪਹਿਲਾਂ ਨਾ ਆਪਣੇ ਕੋਲ ਤਕਰੀਬਨ ਵਾਧੂ ਪੁਆਇੰਟਸ ਜਿਹੜੇ ਹੈਗੇ ਨੇ ਉਹ ਆਉਣੇ ਚਾਹੀਦੇ ਨੇ, ਤਾਂ ਹੀ ਆਪਾਂ ਟਾਈਗਰ ਨੂੰ ਹਰਾ ਸਕਦੇ ਹਾਂ, ਕਿਉਂਕਿ ਜਿਹੜੀ ਇਹਦੀ ਫਾਈਟ ਹੈ ਨਾ ਇਹ ਵੀ ਡਿਫੀਕਲਟ ਆ। ਜਿਹੜਾ ਆਪਾਂ ਪਿੱਛੇ ਜੇ ਖੇਲ ਕੇ ਆਏ ਨਾ ਵਾਈਟ ਕਲੈਡ, ਜਿਹੜਾ ਕੀ ਨਾ ਉਹਦਾ, ਹਾਂ ਉਹਦੇ ਨਾਲ ਥੋੜ੍ਹੀ ਡਿਫਰੈਂਟ ਡਿਫੀਕਲਟ ਫਾਈਟ ਹੈ ਇਹ। ਹਾਂ ਆ ਰਿਹਾ, ਨਹੀਂ ਆਪਾਂ ਇੱਥੇ ਆਈਏ ਪਹਿਲੀ, ਪਿੱਛੇ ਨੂੰ ਆਪਾਂ ਨੂੰ ਜਾਣਾ ਪੈਣਾ, ਜਿਹੜਾ ਪਿੱਛੇ ਬ੍ਰਿਜ ਬਣਿਆ ਨਾ ਉੱਥੇ ਆਪਾਂ ਨੂੰ ਜਾਣਾ ਪੈਣਾ ਹੈ। ਹਾਂ ਇੱਥੇ ਮੈਂ ਆਉਣਾ ਚਾਹੁੰਦਾ ਸੀਗਾ, ਚਲੋ ਹੁਣ ਇੱਥੇ ਆਪਾਂ ਪਹਿਲਾਂ ਪਿੱਛੇ ਨੂੰ ਚੱਲੀਏ, ਟਾਈਗਰ ਦੇ ਕੋਲ ਆਪਾਂ ਮੁੜ ਕੇ ਆਵਾਂਗੇ। ਹਾਂ ਕੋਈ ਨਵੀਂ ਚੀਜ਼ ਆਈ ਆਪਣੇ ਕੋਲ ਹੈ, ਓਕੇ ਇਹ ਵੀ ਗਿਆ, ਇੱਥੇ ਕੁਛ ਹੈ ਤਾਂ ਨਹੀਂ ਉੱਪਰ, ਆ ਗਈ ਪਏ ਹੈ ਖਾਲੀ ਪਏ ਹੈ। ਉੱਪਰ ਆਪਾਂ ਚੜ੍ਹ ਨਹੀਂ ਸਕਦੇ ਹੈਗੇ,
ਉੱਤੇ ਆਪਾਂ ਨੂੰ ਜਾਣ 'ਚ ਔਖਾ ਹੋ ਰਿਹਾ ਆ। ਆਹ ਕੌਣ ਹੈ ਭਾਈ ਤੂੰ? ਤੈਨੂੰ ਇੱਦਾਂ ਹੀ ਮਾਰ ਦਿੱਤਾ। अच्छा फ्राइट क्लिफ आई है नवा इतों ना, जो अपना शुरू होया एरिया। कौन मेरे ते मारता पिया है? बटे तू मारता पिया? ओके ये भी तो गया। आवाज का भी आ रही है। हाँ किया बुदा जाए बॉल। अच्छा कोई स्पेशल आइटम आई है फिर अपने को है ना? इतने जाके देखिए इतने की हैगा यार। खाली भी आए थे कुछ नहीं हैगा। और नहीं ਆਪਾਂ ਨੂੰ ਇੱਦਾਂ ਕਹਿੰਦੇ ਨਾ ਕਿਤੇ ਆਪਾਂ ਨੂੰ ਆਵਾਜ਼ ਆਈ ਹੁੰਦੀ ਹੈ ਉਹਨਾਂ ਦੀ। ਇਹ ਕੀ ਹੈ? Some bastard has got me trapped in this rock with his spell. When the rock is on the ridge, it'll come to life. There's a rock body lurking. Maybe I'm having a reason. I can see my way out. Turning into boys, it's no small matter. In that cave, there's a rock boy lurking, holding secrets. I bet. वहाँ जा रही है कितनी ना? आज जड़ी बुद्धा जी जड़ी आई बॉल है ना? और ये कितने वहाँ जा रही है? मतलब आप अपने पीछे नहीं थे, मुड़ के आना चाहिए था। कुछ हैगा यार? उठे ना मैं मुड़ के जाना पैना क्योंकि उतो मैं आवाज आ रही है। Thank you.
ਭਾ ਤੂੰ ਮੈਨੂੰ ਮਾਰਨ ਡਿਆ ਆ ਬੜਾ ਇਹਨਾਂ ਨੇ ਮੈਨੂੰ ਤੰਗ ਕਰਕੇ ਰੱਖਿਆ ਪਿਆ ਸੀਗਾ ਮੈਂ ਕਿਹਾ ਚਲੋ ਬਈ ਇਹਨਾਂ ਨੂੰ ਦੱਸੀ ਕੌਣ ਹੁੰਦੇ ਆ ओके ये भी गए यार तू फेथ ही आ गया यार अच्छा चेस्ट पे एक ना ना आप इतने चलिए उतना सामने कुछ आवाज हो रही और देखो बुद्धा दी आई पई है उठे और कोई आप आना सी मैं इंज क्यों लगता है कि जड़ी ना ये बुद्धा है ना ये जड़ी आईज आ एक स्पेशल पावर है अपने को खैर देखते हैं जो अपन कुछ होर भी मुकाम मिलता है आवाज उधरों आ रही है उधर आप मुड़ के जाना चाहिए यार हाँ वो उधर आवाज आ रही है जा तो मैं उपर चढ़ लें दे रो आ रहे ये तीसरा है अपना कुछ ना यदि पावर जरूर होएगी हूँ इतों आप निकल चुके हैं शायद आप कौन है यार तू ना एक धक्का ने मैनू मारिया तो आप थले डिगे चलो खैर मेरे ख्याल जो आप ना बुद्धा की जी आई मिलती पई है ये कोई स्पेशल पावर है मेरे ख्याल स्पेशल इक्विपमेंट है जी अपने को आऊगी उतों आप सारे फ्री हो गए हैं हूँ आप कुछ होर भी है या। आप इन्हों पंगे नहीं लेने है आप अवॉइड करके चलीए देखिए ना इतने कुछ हाँ कहना है आप छेगा यार Thank you.
गोल्ड मिले आपां नूं इत्थे, ठीक है। एक तां इहनूं भी जाके मारना पैणा आ, नहीं तो सेम ही एरिया है। तेनू मैं दसा भा तू मैं तंग करता पाया है, जाओ तुम हो शहीद। हाँ चश भैया कि देखिया, इसी करके मैं ना इस एरिए बिच आया क्योंकि थानू इत्थे बहुत कुछ मिलता पिया है। यार ये काम औखा है, इत्थे होर कुछ आ गई है नहीं, इधर ना इसे कोई ऑप्शन आई होंगी ना, तो तुहानू नहीं एक ना इन्होंने बड़ा तंग किया पाया मैंने। आवाज आ रही है ना, भार तुम निकल के छिपाने किसी ने भाटी ने कट्ठे होके बड़े आ गए। भाजी भाजी रुको 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 रुको, ओके हम इतने तीन जाने इकट्ठे होके मेरे ते आ गए आ, ये काम थोड़ा औखा हो गया, इन्ने सारे जड़े इकट्ठे होके मेरे ते आ गए ना, हुण इन्हां कोल मैनूं बचना पैना है। कितना पैनू मार लीए, अपने पॉइंट आया ना पहला आप कर लीजिए। अपन हेल्थ होर चाहिए है,
ਹੁਣ ਤੁਸੀਂ ਆ ਜਾਓ ਯਾਰ ਇੱਕ ਤਾਂ ਇਹਨੇ ਤੇਜ਼ਾਬ ਸਿੱਟ ਕੇ ਨਾ ਬੁਰਾ ਹਾਲ ਕਰਾਈ ਜਾਂਦੇ ਆ ਚਲੋ ਫਿਰ ਵਾਓ ਇਹਦਾ ਮੈਂ ਹੁਣ ਇਲਾਜ ਕਿੱਦਾਂ ਕਰਾਂ ਮੈਂ ਨਹੀਂ ਇੱਥੇ ਹੈ ਨਹੀਂ ਆਪਣੇ ਕੋਲ ਨਾ ਨਾਲੇ ਆਪਾਂ ਨੂੰ ਵਰਤਣਾ ਚਾਹੁੰਦੇ ਹਾਂ ਯਾਰ ਕੀ ਚੱਕਰ ਆ ਇਹ ਕੀ ਮਤਲਬ ਸਰਦੇ ਪਏ ਇਹ ਜਿਹੜੀ ਇੰਨੀ ਚੀਜ਼ ਮੈਨੂੰ ਖਰਾਬ ਕਰਦੀ ਪਈ ਆ ਇਹ ਕੀ ਤੇਜ਼ਾਬ ਇਹਨਾਂ ਦਾ ਯਾਰ ਬੜਾ ਔਖਾ ਕੰਮ ਕਰਦਾ ਪਿਆ ਆ ਮੈਂ ਉਹ ਜਾ ਕੇ ਚੀਜ਼ ਲੈਣੀ ਲੈਣੀ ਆ ਜਿਹੜੀ ਉਹਨਾਂ ਉੱਥੇ ਚੌਥੀ ਪਈ ਆ ਨਾ ਬੁੱਧਾ ਦੀ ਉਹ 'ਚ ਕੁਛ ਨਾ ਕੁਛ ਮੈਨੂੰ ਪਤਾ ਕੋਈ ਚੀਜ਼ ਉਹ 'ਚ ਹੈਗੀ ਆ ਸਪੈਸ਼ਲ ਜਿੱਦਾਂ ਇਹ ਹੈਗਾ ਇਹ ਉਹ ਨਾ ਯਾਰ ਕੀ ਇਹ ਚੱਕਰ ਕੀ ਹੈ ਯਾਰ ਇਹ ਦੋਸਤੋ ਮੈਂ ਇੱਥੇ ਪਰੇਸ਼ਾਨ ਹੋ ਗਿਆ ਇੱਥੇ ਮੈਂ ਯਾਰ ਉੱਥੇ ਵੀ ਚੀਜ਼ ਨੂੰ ਜਾਣਾ ਆ ਇਹ ਨਿੱਕੇ ਮੋਟੇ ਜਿਹੇ ਮੈਨੂੰ ਬਹੁਤ ਤੰਗ ਕਰਨ ਲੱਗੇ ਵਾ ਹੁਣ ਇਹ
ठीक है। यार खाद भुगी सी मैं क्या मरदियाँ मरते खाते नहीं है इन्ना मैं तंग कर लगे ये मैं गुस्सा चढ़ाया पाया क्योंकि इन चीज़ों से मैं लगता ना कुछ कुछ खास चीज़ ना हैगी है। एवें नहीं ये ना अपन जो इतने कलैक्ट करने पै रहे हैं इन कोई चीज़ स्पेशल हैगी है। हम आ भी हो गया हूँ आप अंदर जाके देखिए इतने की पिया है। मेरे ख्याल इतने कोई मोरे अपनी बॉस फाइट आऊगी। पहला आप इन्हों मारीे इन्हों ने मैंने तंग करके रखा भी है। भाजी तेरे लत्तां तेरिया बड़ी जबरदस्त है। वाह ये एरिया ना पूरा भरिया पिया है यार यार एनमीज के नाल तुसी बिना मरे इतों निकल ही नहीं सकते किसी भी हालत में। सही गल एरिया पूरा भरिया पिया है हूँ इतों तो आप निकल गए हम आप अगे नू जाना है पर सानू फिर उसी एरिया विच निकलना पैना है। पहले आप इधर न चलिए देखिए इधर न की हैगा इधर न आ पाई है।
किया। वैसे मैं सही किया ना इधर आके, क्योंकि इतने आके सानू बहुत कुछ मंग लिया आया, पर आ की चीजा ने कुछ हैगा इतने यार, इतने ना कुछ हैगा यार है, इन्हू आप मारना है बहुत सी अजा पतन की है। चलो आज फिर आप फिर ट्राई करते हैं। गया ना उस तो पहले आप जाइए परे जरा पाले पासे नू ना बुद्धा की जी अख पई है ना आप करके देखिए जी, आप देखिए कुछ मिलता हो। इधर नहीं आए थे पहले है ना। हाँ पहला देखे ना आप बुद्धा की जी आखिया ना वो लीए उत्थे अपने को कुछ आना है उत्थे अच्छा ये मतलब स्टोन है ये। मेरी मदर यार है
आई थिंक इतने इन्हों आपा जी ना मतलब फाइनल बॉस नहीं सीगा जो सारे इतने स्टोन अपने को अटैक करने आ रहे हैं ना माइनर जो अपने है एनिमीज इन्हों आप मार इन्हों की जी मदर सी जी इन्हें मेन पावर सोर्स सी ना उन्होंने आप हरा दिता है ये अपन कितने लेके चल रहा है हूँ इतने अपने को एक ना पॉइंट आया या। दो पॉइंट आया ओके आप इनू कर दीए आप इनू कर दीए हाले आप स्टोर से देखी जाके की है नहीं पता क्राफ्ट विच क्या फेगा या ऑप्शन आ गया अपने को ठीक है ओके आर्मर दे विच कोई ऑप्शन है अपने को हले ठीक है नहीं 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 ये ठीक है इतने काफ़ी टॉन हो गया है अपन यही ठीक है पर आप इतने कुछ ब्रू कर सकते हैं कोई मेडिसिन का नहीं नहीं हले अपन ना क्राफ्ट मेडिसिन अपने को कड़ी कड़ी ऑप्शन हैगी इतने बनाने की टाइगर हाँ एक तो आप चाहिए है नहीं इतने आप जाके देखिए इतने पहला की होता है पिया आया अच्छा तो मैं पूरी कर ली तो ठीक है कोई गल नहीं आप जगह भी कर लेते हैं
ਇੱਧਰ ਨੂੰ ਜਾ ਕੇ ਦੇਖੀਏ ਅੰਦਰ ਨੂੰ ਕੀ ਆਉਂਦਾ ਹੈ ਹੁਣ। ਨਹੀਂ ਇੱਥੇ ਕੋਈ ਆਪਣੀ ਨਾ ਲੱਗਦਾ ਹੈ ਬੌਸ ਫਾਈਟ ਆ ਰਹੀ ਆ। ਉਸ ਤੋਂ ਪਹਿਲਾਂ ਆਪਾਂ ਨਾ ਅਰੇ ਪਰੇ ਜਾ ਕੇ ਦੇਖ ਲਈਏ ਜਿੱਥੇ ਕੁਛ ਆਪਣੇ ਕੋਲ। ਆਹ ਫੇਰ ਮੁੜ ਕੇ ਆ ਗਿਆ। ਪਹਿਲਾਂ ਆਪਾਂ ਜਾ ਕੇ ਦੇਖੀਏ ਉੱਤੇ ਕੀ ਪਿਆ ਆ, ਫਿਰ ਮੁੜ ਕੇ ਆਪਾਂ ਨਾ ਇੱਥੇ ਆਉਂਦੇ ਹਾਂ ਬੌਸ ਕੋਲ। ਕੋਈ ਗੱਲ ਨਹੀਂ, ਮਰ ਕੇ ਬੰਦਾ ਹੁਸ਼ਿਆਰ ਹੁੰਦਾ ਆ। ਵਾਓ ਗੇਮ ਬੜੀ, ਵੈਸੇ ਮੰਨਣਾ ਪੈਣਾ ਗੇਮ ਬੜੀ ਇੰਟਰਸਟਿੰਗ ਗੇਮ ਹੈ ਯਾਰ। ਤੁਹਾਨੂੰ ਨਾ ਤੁਹਾਨੂੰ ਇੱਥੇ ਏਰੀਆ ਐਕਸਪਲੋਰ ਕਰਨ ਦੇ ਵੀ ਆਪਸ਼ਨ ਹੈਗੇ ਨੇ। ਮਤਲਬ ਪਹਿਲਾਂ ਉਹਨੂੰ ਵੀ ਮੈਨੂੰ ਮਾਰਨਾ ਪੈਣਾ ਆ ਜਿਹੜਾ ਪਿੱਛੇ ਮੇਰੇ ਆ ਰਿਹਾ ਨਾ।